ਦੁਨੀਆਂ ਦਾ ਹਰ ਗੁਰਸਿੱਖ ਆਪਣੀ ਅਰਦਾਸ ਵਿੱਚ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੀ ਮੰਗ ਰੋਜ਼ਾਨਾ ਆਪਣੇ ਰੱਬ ਅੱਗੇ ਕਰਦਾ ਹੈ। ਇਸ ਅਮਰ ਯਾਦਗਾਰ ਤੇ ਇਸ ਮਹਾਨ ਤੀਰਥ ਅਸਥਾਨ ਅੰਮ੍ਰਿਤਸਰ ਸਾਹਿਬ ਜੀ ਦਾ ਤੋਹਫਾ ਸਿੱਖ ਜਗਤ ਨੂੰ ਦੇਣ ਵਾਲੇ ਮਹਾਨ ਚੌਥੇ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਨ, ਜਿਨ੍ਹਾਂ ਦਾ ਜਨਮ ਸਥਾਨ ਵੇਖਣ ਲਈ ਅੱਜ ਅਸੀਂ ਚੂਨਾ ਮੰਡੀ ਲਾਹੌਰ ਪਹੁੰਚੇ ਹਾਂ। ਆਪ ਜੀ ਦਾ ਜਨਮ 24 ਸਪਤੰਬਰ ਸੰਨ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵੇਖੇ ਭਾਈ ਹਰਦਾਸ ਜੀ ਦੇ ਘਰ ਹੋਇਆ। ਆਪ ਜੀ ਦੇ ਮਾਤਾ ਪਿਤਾ ਆਪ ਜੀ ਨੂੰ ਪਿਆਰ ਨਾਲ ਜੇਠਾ ਕਰਕੇ ਬੁਲਾਉਂਦੇ। ਆਪ ਜੀ ਦੇ ਬਚਪਨ ਤੋਂ ਹੀ ਆਪ ਜੀ ਦੇ ਘਰ ਇੰਤਹਾਈ ਗਰੀਬੀ ਤੇ ਮੁਫਲਸੀ ਦਾ ਆਲਮ ਸੀ। ਆਪ ਜੀ ਹਜੇ 3 ਹੀ ਵਰਿਆਂ ਦੇ ਹੋਏ ਸਨ ਕਿ ਆਪ ਜੀ ਦੀ ਮਾਤਾ ਸਵਰਗਵਾਸ ਹੋ ਅਤੇ ਸਿਰਫ 7 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਬਚਪਨ ਤੋਂ ਹੀ ਜਿੱਥੇ ਗਰੀਬੀ ਤੇ ਮੁਫਲਸੀ ਦੇ ਨਾਲ ਨਾਲ ਯਤੀਮੀ ਤੇ ਮਸਕੀਨੀ ਵੀ ਤੁਹਾਡੇ ਮੁਕੱਦਰ ਵਿੱਚ ਆਈ, ਉੱਥੇ ਹੀ ਇਰਦ ਗਿਰਦ ਦੇ ਲੋਕ ਤੇ ਰਿਸ਼ਤੇਦਾਰ ਤੁਹਾਡੇ ਤੇ ਬਦਕਿਸਮਤ ਗਵਾਰ ਤੇ ਹੋਰ ਲੱਖਾਂ ਤੋਮਤਾ ਲਾ ਦਿੰਦੇ। ਇਸ ਮੁਸ਼ਕਲ ਦੀ ਗੜੀ ਵਿੱਚ ਤੁਹਾਡੀ ਨਾਨੀ ਤੁਹਾਨੂੰ 2 ਜੋੜਿਆਂ ਦੇ ਨਾਲ ਪਿੰਡ ਬਾਸਰ ਕੇ ਲਿਆ। ਸਮਾਂ ਪਾ ਕੇ ਆਪ ਜੀ ਬਾਸਰ ਕੇ ਤੋਂ ਗੋਬਿੰਦਵਾਲ ਸਾਹਿਬ ਆ ਗਏ। ਉਸ ਵੇਲੇ ਤੀਸਰੇ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਗੁਰਤਾ ਗਦੀ ਦੇ ਬਿਰਾਜਮਾਨ ਸਨ। ਆਪ ਜੀ ਦੀ ਵੱਖਰੀ ਸ਼ਖਸੀਅਤ ਤੇ ਸੇਵਾ ਕਾਰਨ ਆਪ ਜੀ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਰਹੇ, ਜਿਸ ਕਰਕੇ ਗੁਰੂ ਸਾਹਿਬ ਨੇ ਆਪਣੀ ਧੀ ਬੀਬੀ ਪਾਣੀ ਜੀ ਦਾ ਰਿਸ਼ਤਾ ਤੁਹਾਡੇ ਨਾਲ ਕਰਾ ਦਿੱਤਾ। ਬੀਬੀ ਪਾਣੀ ਜੀ ਜਿੱਥੇ ਆਪਣੇ ਪਿਤਾ ਦੀ ਸੇਵਾ ਕਰਦੇ ਸਨ, ਨਾਲ ਦੇ ਨਾਲ ਸਿਮਰਨ ਦਾ ਮਹਾਨ ਮੁਜਸਮਾ ਵੀ ਸਨ। ਹੁਣ ਬੀਬੀ ਪਾਣੀ ਜੀ ਤੇ ਭਾਈ ਜੇਠਾ ਜੀ ਰੋਜ਼ਾਨਾ ਜਿੱਥੇ ਪ੍ਰਭੂ ਪਰਮਾਤਮਾ ਦੀ ਸਿਮਰਨ ਚ ਲੀਨ ਨੇ, ਉੱਥੇ ਹੀ ਗੁਰੂ ਘਰ ਦੇ ਮਹਾਨ ਸੇਵਕ ਵੀ ਨੇ। ਆਪ ਜੀ ਦੀ ਸੇਵਾ ਤੇ ਸਬਾਉ ਦੇਖ ਕੇ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ 1574 ਨੂੰ ਗੁਰੂ ਨਾਨਕ ਦੀ ਗੱਦੀ ਸੌਂਪ ਕੇ ਜੋਤੀ ਜੋਤ ਸਮਾ ਗਏ। ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਕਰਤਾਰਪੁਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ, ਖਡੂਰ ਸਾਹਿਬ ਔਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਬਿੰਦਵਾਲ ਸਾਹਿਬ ਵਸਾਇਆ, ਆਪ ਜੀ ਨੇ ਵੀ ਮਾਝੇ ਵਿੱਚੋਂ ਗਟਾਲਾ ਤੋਂ ਸੁਲਤਾਨ ਬਿੰਦ ਅਤੇ ਗਿੱਲ ਵਾਲੀ ਤੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰੇਰਣਾ ਨਾਲ ਇੱਕ ਨਵਾਂ ਸ਼ਹਿਰ ਵਸਾਇਆ। ਆਪ ਜੀ ਨੇ 1577 ਈਸਵੀ ਵਿੱਚ ਪਿੰਡ ਟੋਂਗ ਵਾਲੀ ਤੋਂ ਲਗਭਗ 700 ਅਕਬਰੀ ਰੁਪਏ ਨਾਲ 500 ਵਿਘੇ ਜ਼ਮੀਨ ਖਰੀਦੀ ਔਰ ਇੱਕ ਨਵਾਂ ਸ਼ਹਿਰ ਵਸਾਉਣ ਦੀ ਤਿਆਰੀ ਵਾਸਤੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਸਭ ਤੋਂ ਪਹਿਲੇ ਸਰੋਵਰ ਸਾਹਿਬ ਦੀ ਖੁਦਵਾਈ ਸ਼ੁਰੂ ਕੀਤੀ। ਆਪ ਜੀ ਨੇ ਇਸ ਨਵੇਂ ਸ਼ਹਿਰ ਦਾ ਨਾਮ ਗੁਰੂ ਕਾ ਚੱਕ ਰੱਖਿਆ, ਜੋ ਬਾਅਦ ਵਿੱਚ ਚੱਕ ਰਾਮਦਾਸ ਤੋਂ ਰਾਮਦਾਸਪੁਰ ਔਰ ਆਖਰ ਵਿੱਚ ਅੰਮ੍ਰਿਤ ਸਰੋਵਰ ਕਾਰਨ ਅੰਮ੍ਰਿਤਸਰ ਸਾਹਿਬ ਕਹਿਲਾਇਆ। ਆਪ ਜੀ ਜਦ ਲਾਹੌਰ ਆਏ ਤਾਂ ਆਪ ਨੇ ਆਪਣੇ ਇਸ ਘਰ ਨੂੰ ਧਰਮਸ਼ਾਲ ਬਣਾਇਆ।
ਅਤੇ ਇੱਕ ਖੂਹ ਦੀ ਵੀ ਖੁਦਵਾਈ ਸ਼ੁਰੂ ਕਰਵਾਈ। ਰੋਜ਼ਾਨਾ ਦੀ ਬੁਨਿਆਦ ਤੇ ਆਸਾ ਕੀ ਵਾਰ ਅਤੇ ਕੀਰਤਨ ਵੀ ਆਰੰਭ ਕਰਵਾਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੀ ਬਾਣੀ 30 ਰਾਗਾਂ ਵਿੱਚ ਦਰਜ ਹੈ। ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਵਿੱਚੋਂ ਲਾਵਾਂ ਹਨ। ਸੋਚਣ ਦੀ ਗੱਲ ਤਾਂ ਇਹ ਹੈ ਕਿ ਜਿਸ ਨੂੰ ਗਰੀਬ, ਲਾਚਾਰ ਅਤੇ ਮੁਫਲਿਸ ਆਖਿਆ ਗਿਆ, ਅੱਜ ਉਸ ਮਾਲਕ ਦਾ ਦਰ ਗਰੀਬਾਂ ਲੋੜਵੰਦਾਂ ਦਾ ਆਸਰਾ ਹੈ। ਜਿਸ ਸਾਹਿਬ ਦਾ ਕੋਈ ਘਰ ਨਹੀਂ ਸੀ, ਅੱਜ ਉਸ ਮਾਲਕ ਦਾ ਘਰ ਸੋਨੇ ਦਾ ਬਣਿਆ ਹੋਇਆ ਹੈ। ਜਿਸ ਨੂੰ ਅਨਪੜ੍ਹ ਤੇ ਗਵਾਰ ਆਖਿਆ ਗਿਆ, ਉਸ ਸਾਹਿਬ ਦਾ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਰਾਗਾਂ ਵਿੱਚ ਦਰਜ ਹਨ, ਜਿਸ ਅੱਗੇ ਅਸੀਂ ਰੋਜ਼ਾਨਾ ਨਖਮਸਤਕ ਹੁੰਦੇ ਹਾਂ। ਜਿਸ ਸਾਹਿਬ ਦਾ ਕੋਈ ਰਿਸ਼ਤੇਦਾਰ ਨਹੀਂ ਸੀ, ਅੱਜ ਉਸ ਦੀਆਂ ਲਾਵਾਂ ਪੜ੍ਹਨ ਤੋਂ ਬਿਨਾਂ ਕੋਈ ਰਿਸ਼ਤਾ ਹੀ ਨਹੀਂ ਹੋ ਸਕਦਾ। ਜਿਸ ਗਰੀਬ ਨਵਾਜ਼ ਮਾਲਕ ਨੇ ਆਪਣੇ ਘਰ ਤੋਂ ਨਿਕਲਣ ਵੇਲੇ ਸਿਰਫ 2 ਜੋੜੇ ਲਏ ਸਨ, ਅੱਜ ਉਸ ਮਾਲਕ ਦੇ ਘਰ ਦਾ ਇੱਕ ਇੱਕ ਜੋੜਾ ਲੱਖਾਂ ਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਹਨ। ਜੋ ਇਸ ਦਾ ਸੇਵੇਦਾਰ ਬਣ ਜਾਂਦਾ ਹੈ, ਬਾਬਾ ਨਾਨਕ ਇਸ ਨੂੰ ਘਰ ਦਾ ਮਾਲਕ ਬਣਾ ਦਿੰਦਾ ਹੈ। ਇਸ ਗੁਰੂ ਘਰ ਦੇ ਬਿਲਕੁਲ ਸਾਹਮਣੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਖੁਦ ਧਰਮਸ਼ਾਲਾ ਬਣਾਈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਆਏ ਤਾਂ ਇਸ ਹੀ ਧਰਮਸ਼ਾਲਾ ਵਿੱਚ ਰਹੇ ਅਤੇ ਇੱਥੋਂ ਹੀ ਆਪਣੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਚਿੱਠੀਆਂ ਲਿਖੀਆਂ ਅਤੇ ਸ਼ਬਦ ਹਜ਼ਾਰੇ ਬਾਣੀ ਉਚਾਰਨ ਹੋਈ। ਇਸ ਅਸਥਾਨ ਨੂੰ ਖਾਲਸਾ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਖੜਕ ਸਿੰਘ ਦੀ ਪੈਦਾਇਸ਼ ਤੇ ਹੋਰ ਆਲੀਸ਼ਾਨ ਬਣਾ ਦਿੱਤਾ, ਪਰ 47 ਦੀ ਵੰਡ ਤੋਂ ਬਾਅਦ ਇਸ ਧਰਮਸ਼ਾਲਾ ਦੀ ਇਮਾਰਤ ਖਸਤਾ ਹਾਲੀ ਦੇ ਕਾਰਨ ਮੁਕੰਮਲ ਤੌਰ ਤੇ ਮਿਸਮਾਰ ਹੋ ਚੁੱਕੀ ਹੈ। ਇਸ ਧਰਮਸ਼ਾਲਾ ਦੀ ਕੁਝ ਜਗ੍ਹਾ ਅਜੇ ਬਾਕੀ ਹੈ। ਪਾਕਿਸਤਾਨ ਦੀ ਗੌਰਮੈਂਟ ਕਾਫੀ ਸਿੱਖ ਇਤਿਹਾਸਕ ਅਸਥਾਨਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਮੀਦ ਹੈ ਇਸ ਅਸਥਾਨ ਦੀ ਇਤਿਹਾਸ ਜਾਣਨ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਗੌਰਮੈਂਟ, ETBB ਅਤੇ ਸਿੱਖ ਕੌਮ ਇਸ ਇਤਿਹਾਸਕ ਅਸਥਾਨ ਨੂੰ ਬਚਾਉਣ ਦਾ ਯਤਨ ਜ਼ਰੂਰ ਕਰੇਗੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵੱਲੋਂ 9 ਅਕਤੂਬਰ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬੀ ਲਹਿਰ ਆਪਣੀ ਆਉਣ ਵਾਲੀ ਵੀਡੀਓ ਵਿੱਚ ਤੁਹਾਨੂੰ ਪਿਸ਼ਾਵਰ ਲੈ ਕੇ ਜਾਵੇਗੀ ਅਤੇ ਭਾਈ ਜੋਗਾ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰਵਾਏਗੀ, ਨਾਲ ਦੇ ਨਾਲ ਪਿਸ਼ਾਵਰੀ ਸਿੱਖ ਸੰਗਤ ਨਾਲ ਮਿਲਵਾਏਗੀ, ਜਿਨ੍ਹਾਂ ਨੇ 1947 ਵਿੱਚ ਪਾਕਿਸਤਾਨ ਅਤੇ ਇਤਿਹਾਸਕ ਅਸਥਾਨਾਂ ਨੂੰ ਨਾ ਛੱਡਣ ਦਾ ਫੈਸਲਾ ਕੀਤਾ। ਆਉਣ ਵਾਲੀ ਵੀਡੀਓਜ਼ ਵੇਖਣ ਲਈ ਸਾਡੇ ਇਸ ਚੈਨਲ ਪੰਜਾਬੀ ਲਹਿਰ ਨੂੰ ਜ਼ਰੂਰ ਸਬਸਕ੍ਰਾਈਬ ਕਰੋ